ਕਿਹੜੀ ਚੀਜ਼ ਹੈ ਜਦ ਉਹਨਾਂ ਨੇ ਸਾਨੂੰ ਦੁੱਧ ਦਿੱਤਾ ਤੇ ਅਸੀਂ ਦੁੱਧ ਦੀਆਂ ਨਦੀਆਂ ਨਹੀਂ ਬਹਾ ਸਕਦੇ ਅਸੀਂ ਵੀ ਹਰਿਆਣੇ ਦੇ ਲਈ ਦੁੱਧ ਦੀਆਂ ਨਦੀਆਂ ਵਗਾ ਸਕਦੇ ਹਾਂ ਸਾਰੇ ਇਸੇ ਗੱਲ ਨਾਲ ਸਹਿਮਤ हमारे साथ मौजूद है पंजाब के कुछ और किसान जो अभी पहुंचे हैं यहाँ पौड़ी गांव में लंगर चखने के लिए। इनसे जानेंगे भाई हरियाणा जो कृषि कानून है इस पर इनकी क्या राय है। जी नमस्कार जी। हाँ जी सत श्री अकाल जी। ये हरियाणा सरकार है जो किसानों को रोक रही थी दिल्ली पहुंचने से, इस पर आपका क्या कहना है? जो मैं पहला भी तुहानू दस्या भी सब तो पहला तो सानू पता होना चाहिए भी इंसान है, रब ने इंसान बनाया इस धरती के उपर। इंसान वो हुंदा जिहड़ा रब की बनाई हुई चीज़ कदे भी कुदरत उहदी बनाई हुई कदे गलत नहीं हो सकती, पर समा पा के जिहड़ा हैगा वो इंसान गलत हो जांदा है। रब ने गलत नहीं किसी नूं भी बनाया हुंदा, अपने कर्मां करके अपने कम्मां करके अपने आले दुआले दे माहौल करके इंसान भी जिहड़ा है वो कदे कदे गलत हो जाया करदा है। आले दुआले दा माहौल उहनूं मजबूर कर दिंदा है गलत होण दे लई। तो इस करके जिहड़ा ये हैगा भी हरियाणा सी पंजाब सी जिहड़े किसी टाइम ये इंसान सीगे इकट्ठे सीगे ते सानू पता होना चाहिए भी पहला 1966 ईस्वी तो पहला तुसी वेखो भी साडा किन्ना मिलवर्तन सीगा। पंजाबी सूबे दे तो बाद दे विच 1966 ईस्वी तो बाद दे विच आ तुसी लंगर दिखा रहे सी 1966 तो बाद दे विच कट्ठे होके हरियाणा ते पंजाब ने हुण लंगर छकिया। उस तो बाद दे विच कट्ठे होके किन्ने सालां बाद राजनीतिक जिहड़े आगू ने इन्हां ने सानू दुफाड़ किया होया, होर गल कोई नहीं है कट्ठे ही ने सारे। एक और हरियाणा के कृषि मंत्री का अभी बयान आया था पानी को लेकर, उस पर क्या कहना है आपका? देखो जिहड़ा पानी वाला मुद्दा ना चाहे वह पंजाब चा चाहे हरियाणे च जदों वोटां आउणियां हुंदियां ने उदों इन्हां नूं ये मुद्दे याद आ जांदे ने। पंजाब दे विच अनेकां चीज़ां ने दरबार साहब ते अटैक होना, इंदिरा गांधी दे उपर हमला, इदां दे बहुत सारियां चीज़ां इदां दियां ने दुनिया दे विच जिथे इलैक्शनां तों पहलां कदे भी 5 साल कुछ नहीं बोलिया जांदा। ਜਦੋਂ ਇਲੈਕਸ਼ਨ ਹੁੰਦੀ ਹੈ ਉਦੋਂ ਸਾਲ ਕੁ ਬਾਅਦ ਦੇ ਵਿੱਚ ਪਹਿਲਾਂ ਇਹਨਾਂ ਨੂੰ ਯਾਦ ਆ ਜਾਂਦਾ ਵੀ ਆਹ ਮੁੱਦੇ ਵੀ ਸਾਹਮਣੇ ਲੈ ਕੇ ਆਉਣੇ ਨੇ। ਇਸੇ ਤਰ੍ਹਾਂ ਪਾਣੀ ਵਾਲਾ ਮੁੱਦਾ ਸਾਹਮਣੇ ਲੈ ਆਉਂਦੇ ਨੇ ਅਤੇ ਪਾਣੀ ਜੇ ਹੋਰ ਹਰਿਆਣੇ ਦੇ ਵੀਰ ਸਾਡੇ ਨਾਲ ਮਿਲ ਕੇ ਰਹਿਣਗੇ ਪਿਆਰ ਹੋਊਗਾ ਸਾਰਾ ਮਿਲਵਰਤਨ ਹੋਊਗਾ। ਪਾਣੀ ਦੀ ਕਿਹੜੀ ਗੱਲ ਹੈ ਅਤੇ ਉਹਨਾਂ ਨੂੰ ਦੁੱਧ ਵੀ ਦਿੱਤਾ ਜਾ ਸਕਦਾ ਜੇ ਉਹਨਾਂ ਨੇ ਹੁਣ ਸਾਡੇ ਲਈ, ਅਸੀਂ ਵੇਖਿਆ ਉੱਥੇ ਲੰਗਰ ਦੇ ਵਿੱਚ ਐਡੇ ਐਡੀਆਂ ਜਿਹੜੇ ਹੈਗੇ ਡਰੰਮ ਭਰ ਕੇ ਹਰਿਆਣੇ ਵਾਲੇ ਵੀਰ ਸਾਡੇ ਲਈ ਦੁੱਧ ਦਾ ਲੈ ਕੇ ਆਉਂਦੇ ਨੇ, ਕੀ ਅਸੀਂ ਉਹਨਾਂ ਨੂੰ ਪਾਣੀ ਦੇਣ ਤੋਂ ਰੋਕਾਂਗੇ? ਰੋਕਿਆ ਇਸ ਕਰਕੇ ਜਾ ਰਿਹਾ ਹੈ ਵੀ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਇਹਨਾਂ ਨੇ ਰਾਜਨੀਤਿਕ ਆਗੂ ਨੇ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ, ਇਹ ਸਾਨੂੰ ਦੋਹਾਂ ਨੂੰ ਹੀ ਭਰਾਵਾਂ ਨੂੰ ਛੋਟਾ ਵੱਡਾ ਭਰਾ ਇਹਨੂੰ ਪਾੜ ਦਿੰਦੇ ਨੇ ਦੁਫਾੜ ਕਰ ਦਿੰਦੇ ਨੇ, ਸਾਡੇ ਵਾਲੇ ਆਮ ਜਨਤਾ ਰੌਲਾ ਪਾਈ ਜਾਂਦੀ ਹੈ। ਦੇਖੋ ਗੱਲ ਇੱਦਾਂ ਹੈਗੀ ਪਾਣੀ ਕਿਹੜੀ ਚੀਜ਼ ਹੈ ਜਦ ਉਹਨਾਂ ਨੇ ਸਾਨੂੰ ਦੁੱਧ ਦਿੱਤਾ ਤੇ ਅਸੀਂ ਦੁੱਧ ਦੀਆਂ ਨਦੀਆਂ ਨਹੀਂ ਬਹਾ ਸਕਦੇ, ਅਸੀਂ ਵੀ ਹਰਿਆਣੇ ਦੇ ਲਈ ਦੁੱਧ ਦੀਆਂ ਨਦੀਆਂ ਵਗਾ ਸਕਦੇ ਹਾਂ ਸਾਰੇ ਇਸੇ ਗੱਲ ਨਾਲ ਸਹਿਮਤ ਹੈ। ਪੰਜਾਬ ਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਅਭੀ ਪਾਣੀ ਨਹੀਂ ਦੁੱਧ ਆਏਗਾ। ਪਰ ਇਹਦੇ ਵਿੱਚ ਜਿਹੜੇ ਸਾਨੂੰ ਉਲਝਾਉਂਦੇ ਨੇ ਉਹ ਰਾਜਨੀਤਿਕ ਆਗੂ ਉਲਝਾਉਂਦੇ ਨੇ, ਇਨਸਾਨ ਨੇ ਜਿਹੜੇ ਉਹ ਸਦਾ ਇਕੱਠੇ ਨੇ। ਹੁਣ ਇੱਥੇ ਤੁਸੀਂ ਸਾਨੂੰ ਪ੍ਰਸ਼ਾਦਾ ਛਕਾਇਆ, ਇਕੱਠੇ ਬੈਠ ਕੇ ਕਿਸੇ ਨੇ ਇਹ ਗੱਲ ਕਹੀ ਹੈ ਵੀ ਮੈਂ ਸਿੱਖ ਹਾਂ, ਤੂੰ ਹਿੰਦੂ ਆ, ਤੂੰ ਮੁਸਲਮਾਨ ਆ, ਤੂੰ ਜੈਨੀ ਆ, ਤੂੰ ਇਸਾਈ ਆ, ਬੋਧੀ ਆ, ਸਾਰੇ ਭਾਈਚਾਰੇ ਦੇ ਇਨਸਾਨ ਇਕੱਠੇ ਆ। ਸਿੱਖ ਮਤ ਵੀ ਇਸ ਗੱਲ ਦੇ ਉੱਪਰ ਪੂਰਾ ਜ਼ੋਰ ਦਿੰਦਾ ਵੀ ਸਭ ਤੋਂ ਪਹਿਲਾਂ ਇਨਸਾਨੀਅਤ ਹੈ, ਉਸ ਤੋਂ ਬਾਅਦ ਵਿੱਚ ਤੁਸੀਂ ਵੰਡੀਆਂ ਪਾਈਆਂ ਨੇ ਅੱਗੇ। ਇਸੇ ਤਰ੍ਹਾਂ ਰਾਜਨੀਤਿਕ ਆਗੂਆਂ ਨੇ ਸਾਨੂੰ ਵੰਡਿਆ ਹੋਇਆ ਤੇ ਉਲਝਾਇਆ ਹੋਇਆ। ਆਪ ਇਹ ਬਤਾਈਏ ਜੋ ਯੋ ਕਿਸਾਨ ਬਿੱਲ ਹੈ ਜੀ, ਇਸ ਦੇ ਅੰਦਰ ਆਪਕੋ ਕੀ ਕਮੀ ਨਜ਼ਰ ਆ ਰਹੀ ਹੈ? ਇਹਦੇ ਵਿੱਚ ਠੀਕ ਵੀ ਕੀ ਹੈ ਜੀ? ਕੋਈ ਠੀਕ ਨਹੀਂ। ਨਹੀਂ ਬਿਲਕੁਲ ਠੀਕ ਨਹੀਂ ਹੈ। ਦੇਖੋ ਕੀ ਬਦਲਾਅ ਚਾਹਤੇ ਹੈ, ਇਹਦੇ ਵਿੱਚ ਸੋਧ ਹੋਣੀ ਚਾਹੀਦੀ ਹੈ, ਬਦਲਾਅ ਨਹੀਂ ਹੋਣਾ ਚਾਹੀਦਾ। ਇਹਦੇ ਵਿੱਚ ਸੋਧ ਜਾਂ ਬਦਲਾਅ ਵਾਲੀ ਤਾਂ ਕੋਈ ਕਹਾਣੀ ਉਹ ਖਤਮ ਹੋ ਗਈ ਹੈ। ਬਿੱਲ ਨੂੰ ਪਾੜਨਾ ਚਾਹੀਦਾ, ਚਰਸਤੇ ਤੇ ਰੱਖ ਕੇ ਖਤਮ ਹੋਣਾ ਚਾਹੀਦਾ। ਸੋਧ ਵਾਲੀ ਗੱਲ ਨਹੀਂ ਹੈ ਕੋਈ, ਸੋਧ ਉਹ ਵੀ ਕਹਿ ਰਹੇ ਨੇ ਵੀ ਸੋਧ ਕਰ ਦਿੰਦੇ ਹਾਂ ਇਹਦੇ ਵਿੱਚ ਐਡਿਟ ਕਰ ਦਿੰਦੇ ਹਾਂ ਇਹਨੂੰ, ਨਾ 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 ਇਹ ਖਤਮ ਹੋਣਾ ਚਾਹੀਦਾ। ਇੱਕ ਪਰਸੈਂਟ ਵੀ ਠੀਕ ਨਹੀਂ ਹੈ। ਮੈਂ ਕਿਸਾਨ ਨਹੀਂ ਹੈ ਪਰ ਕਿਸਾਨ ਦਾ ਪੁੱਤਰ ਹਾਂ। ਸਾਡੇ ਜਿਹੜੇ ਦਾਦੇ ਸੀਗੇ ਅਸੀਂ ਬਰਮਾ ਦੇ ਵਿੱਚੋਂ ਆਏ ਅਤੇ ਆ ਕੇ ਕਿਵੇਂ ਉਹਨਾਂ ਨੇ ਇਸ ਧਰਤੀ ਨੂੰ ਪੰਜਾਬ ਦੀ ਨੂੰ ਸਾਰਿਆਂ ਨੇ ਕਿਵੇਂ ਕਿਵੇਂ ਲਿਆ ਲਿਆ ਕੇ ਉਸ ਵੇਲੇ ਬੈਲ ਲਿਆ ਕੇ ਜੋੜੀਆਂ ਲਿਆ ਕੇ ਕਿਵੇਂ ਕਿਵੇਂ ਇਹਦੀ ਹਿੱਕ ਦੇ ਉੱਪਰ ਬੀਜ ਬੋਜੇ ਨੇ, ਬੀਜ ਬੋਏ ਨੇ ਇਹਦੀ ਹਿੱਕ ਦੇ ਉੱਪਰ, ਕਿੰਨੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਹਾਂ ਅਸੀਂ। ਅਤੇ ਅੱਜ ਅਸੀਂ ਇੱਦਾਂ ਹੀ ਥੋੜ੍ਹੀ ਵੀ ਥਾਲ ਦੇ ਵਿੱਚ ਪੜੋਸ ਕੇ ਅਡਾਨੀਆਂ ਅੰਬਾਨੀਆਂ ਦੇ ਮੂਹਰੇ ਰੱਖ ਦੀ ਵੀ ਚੱਕੋ ਸਾਡੀ ਜ਼ਮੀਨ ਹੜੱਪ ਕਰ ਲਓ। ਫਿਰ ਅਸੀਂ ਜੇ ਉਹ ਹੜੱਪ ਕਰਦੇ ਨੇ ਤਾਂ ਇਹ ਬਿੱਲ ਦੇ ਵਿੱਚ ਲਿਖਿਆ ਅਸੀਂ ਕੋਈ ਕੇਸ ਵੀ ਨਹੀਂ ਕਰ ਸਕਦੇ, ਉਹ ਫਿੱਟ ਕੇ ਡੁੱਬ ਕੇ ਮਰ ਜਾਣਾ ਚਾਹੀਦਾ ਯਾਰ, ਅਸੀਂ ਕੇਸ ਵੀ ਨਹੀਂ ਕਰ ਸਕਦੇ, ਸਾਡੀ ਚੀਜ਼ ਲੁੱਟ ਕੇ ਲੈ ਜਾਵੇ।
आज हरियाणा के किसान थे जो पोली गांव के नागरिक थे, उन्होंने आपके लिए लंगर की व्यवस्था कर रखी है पिछले 10 दिन से चालू, इस पर क्या कहना है आपका? जी कहना मैं पहला भी ये गल कह चुके हैं भी मिलवर्तन हो गया है छोटे बड़े भरावान का। हरियाणे वाले सानू बार बार ये गल कह रहे हैं भी असी जिहड़े सी तुसी जगाता है सानू, असी जाग गए हाँ, हुण इह साडा प्यार इदां ही रहूगा। तुसी वेखो भी अगे भी लोग आउंदे सी उदों आपसी भाईचारा इन्ना नहीं सी, राजनीतिक लोगों ने सानू उलझाया होया सी। हरियाणे वाले ते पंजाब वाले जे एक दूजे दे कोले बैठदे भी सी ते किसे ढंग दे किसे भी किसे तरीके दे नाल उन्हां दे अंदर नफरत दा बीज बोझिया होया सी ते नफरत करदे सी, पर अज ओह नफरतां दूर हो गईआं ने, अज एक दूजे नाल प्यार बन गया। इह कह लो भी डुब्बे होए बाप भुल्ले होए वापस आ गए ने। हरियाणे वाले वीर भी बैठे ने, पंजाब वाले भी बैठे ने, सारे बरात दी तरह बैठ के लंगर छक रहे ने। किसान मजदूर एकता जिंदाबाद। जय जवान जय किसान। जय जवान जय किसान। जय जवान जय किसान। जय जवान जय किसान। भारत माता की जय। जय हो जय हो। देखिए ये थे हमारे साथ पंजाब के किसान जो पंजाब से आए थे और यहाँ पर इन्होंने बड़ा ही अच्छे ढंग से जवाब दिया कि सरकार द्वारा जो राजनीतिक पार्टियाँ द्वारा होती हैं इनके द्वारा लोगों के अंदर भ्रम फैलाया जाता है, आपसी भाईचारा नष्ट किया जाता है और इनके द्वारा SYL का मुद्दा बार बार समय समय चुनाव के समय उठाया जाता है। ये कहते हैं कि हरियाणा के लिए SYL का पानी क्या, हम तो दूध की नदियाँ बांधेंगे। आप बने रहिए DN हरियाणा के साथ। DN हरियाणा के लिए मैं दिनेश जुलानिया पोली गाँव से।